पंजाब सरकार पंजाब सरकार धक्केशाही सरकार दे अले पले कुछ नहीं है। इन्हां दीआं गल्लां है स्टेजां ते बैठ के गल्लां करन जोगे आ। जिहड़े कहिंदे सी असीं 20,000 करोड़ रुपया रेवन्यू इकट्ठा करांगे, अज केजरीवाल साहब कित्थे आ? जिहड़े कहिंदे सी 56,000 करोड़ रुपया मेरी जेब चा कड्डो तां अज क्यों करजा चक्की फिरदे आ? जिद्दां कहिंदे नलायक पुत बस्ता भारी, ठीक है जी, उह काम इन्हां दा है। सो बस्ता दा इन्हां दा भारी हो गया, 92 MLA इन्हां नूं मिल गए, पर इन्हां नूं कम कार करन दी अकल है नहीं। ਲਾਭ ਸਿੰਘ ਗੋਕੇ ਦੀ ਗੱਲ ਕੀਤੀ ਹੈ ਜਿਹਨਾਂ ਚੰਨੀ ਸਾਹਿਬ ਨੂੰ ਹਰਾਇਆ, ਉਹ ਕਹਿੰਦਾ ਦੇਖ ਲਓ ਘਰ ਇਦਾਂ ਦਾ ਹੀ ਰਹੂਗਾ ਇਹ। ਉਹ ਤਾਂ ਗੱਲਾਂ ਨਾਲ ਹੈ ਜੀ। ਪੰਜਾਬ ਸਰਕਾਰ ਜ਼ਿੰਦਾਬਾਦ, ਪੰਜਾਬ ਸਰਕਾਰ ਜ਼ਿੰਦਾਬਾਦ, ਕ੍ਰਿਸ਼ਨ ਕੁਮਾਰ ਜ਼ਿੰਦਾਬਾਦ, ਕ੍ਰਿਸ਼ਨ ਕੁਮਾਰ ਜ਼ਿੰਦਾਬਾਦ। ਕਿਤੇ ਇਹੀ ਤਾਂ ਨਹੀਂ ਵੀ ਤੁਹਾਨੂੰ ਪਾਲਿਸੀ ਸਮਝ ਨਾ ਆਈ ਹੋਵੇ? ਸਰਕਾਰ ਨੇ ਤਾਂ ਕਿਹਾ ਸੀ ਪਾਲਿਸੀ ਪਹਿਲਾਂ ਬਣੀ ਪਈ ਆ, ਇੰਨਾ ਰੈਵਨਿਊ ਤਾਂ ਮਿੰਟੋ ਮਿੰਟ ਤੁਸੀਂ ਦੇਖੀ ਜਾਇਓ ਕਿ ਬਖਿਆਨਾ ਭਰਦਾ ਕਿਤਾ। ਕਿੱਥੇ ਗਿਆ ਰੈਵਨਿਊ? ਲੈ ਕੇ ਆਣ ਅੱਜ ਕਿਉਂ ਪੀਪਾ ਵਜਾਉਂਦੇ ਫਿਰਦੇ? ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਖਜ਼ਾਨਾ ਨਹੀਂ ਹੈ ਖਾਲੀ ਪੀਪਾ ਹੈ, ਅੱਜ ਕਿਉਂ ਵਜਾਉਂਦੇ ਫਿਰਦੇ? ਸਰਦਾਰ ਸਾਹਿਬ ਫਿਰ ਮੁੱਖ ਮੰਤਰੀ ਸਾਹਿਬ ਕੋਲ ਨਹੀਂ ਗਏ ਤੁਸੀਂ? ਡੀਸੀ ਸਾਹਿਬ ਕੋਲ ਲਾ ਗਏ? ਉਹ ਤਾਂ ਕਹਿੰਦੇ ਕਿ ਮੈਂ ਪੰਜਾਬ ਦਾ ਹੀ ਜਿਹੜਾ ਹੈਗਾ, ਮੈਨੂੰ ਸਾਰੇ ਮਸਲੇ ਪਤਾ ਪੰਜਾਬ ਦੇ, ਮੈਨੂੰ ਦੱਸਣ ਦੀ ਲੋੜ ਨਹੀਂ, ਮੈਂ ਸਾਰਿਆਂ ਨੂੰ ਪੰਜਾਬ ਨੂੰ ਖੁਸ਼ਹਾਲ ਕਰ ਦੇਣਾ, ਥੋੜਾ ਸਮਾਂ ਦਿਓ। ਰਜਿਸਟ੍ਰੇਸ਼ਨ ਫੀਸ ਪਹਿਲਾਂ 10,000 ਸੀਗੀ, ਹੁਣ ਇਹਨਾਂ ਨੇ 1,00,000 ਰੁਪਇਆ ਕਰਤੀ। ਕੰਡੇ ਲਵਾਓ 15,00,000, 20,00,000 ਦਾ ਕ੍ਰੈਸ਼ਰ ਹੈ ਤੇ 15,00,000 ਦਾ ਅਗਲਾ ਕੰਡਾ ਲਵਾਵੇ, ਕਿੱਥੋਂ ਦਾ ਕਾਨੂੰਨ ਹੈ ਜੀ? ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਆ। ਮਾਈਨਿੰਗ ਜਿਹੜੀ ਬਿਜ਼ਨਸ ਹੈਗਾ ਪੰਜਾਬ ਦੇ ਵਿੱਚ, ਬਹੁਤ ਵੱਡਾ ਮਾਈਨਿੰਗ ਦਾ ਬਿਜ਼ਨਸ ਹੈ ਜਿਹਦੇ ਵੱਲ ਸਰਕਾਰ ਦੀ ਵੀ ਨਿਗਾਹ ਰਹਿੰਦੀ ਹੈ ਕਿ ਰੈਵਨਿਊ ਇੱਥੋਂ ਹੀ ਜਨਰੇਟ ਹੁੰਦਾ, ਅਤੇ ਸਰਕਾਰ ਨੇ ਪਹਿਲਾਂ ਦਾਅਵੇ ਵੀ ਬੜੇ ਕੀਤੇ ਸੀ ਕਿ ਮਾਈਨਿੰਗ ਦੇ ਵਿੱਚੋਂ ਹੀ ਸਾਰਾ ਕੁਝ ਕੱਢ ਕੇ ਲੈ ਕੇ ਆਵਾਂਗੇ, ਪਰ ਅੱਜ ਕ੍ਰੈਸ਼ਰ ਯੂਨੀਅਨ ਜਿਹੜੀ ਹੈਗੀ ਹੈ ਉਹੀ ਤੰਗ ਹੈ ਸਰਕਾਰ ਤੋਂ, ਉਹਨਾਂ ਵੱਲੋਂ ਹੀ ਧਰਨਾ ਲਗਾਇਆ ਗਿਆ। ਬਹੁਤ ਸਾਰੇ ਤੁਸੀਂ ਧਰਨੇ ਦੇਖੇ ਹੋਣਗੇ ਗਰੀਬਾਂ ਮਜ਼ਦੂਰਾਂ ਦੇ, ਪਰ ਅੱਜ ਇਹ ਤਕੜੇ ਬੰਦਿਆਂ ਦਾ ਧਰਨਾ ਹੈ ਜਿਹੜੇ ਸਰਕਾਰ ਦੇ ਖਿਲਾਫ ਖੜੇ ਹੈ। ਗੱਲਬਾਤ ਕਰਦੇ ਹਾਂ ਬਾਈ ਜੀ, ਕਿਵੇਂ ਦੇਖਦੇ ਹੋ, ਕਿਹੜੀ ਇਹੋ ਜਿਹੀ ਪਾਲਿਸੀ ਬਣ ਗਈ ਜਿਹੜਾ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ? ਪਹਿਲਾਂ ਤਾਂ ਮੈਂ ਤੁਹਾਡੀ ਗੱਲ ਕੱਟਣ ਲੱਗਾ, ਤਕੜੇ ਬੰਦਿਆਂ ਦਾ ਨਹੀਂ, ਇਹ ਗਰੀਬ ਮਜ਼ਦੂਰਾਂ ਦਾ ਹੀ ਧਰਨਾ ਹੈ, ਕਿਉਂਕਿ ਕ੍ਰੈਸ਼ਰ ਇੰਡਸਟਰੀ ਦੇ ਨਾਲ 75% ਲੋਕ ਜਿਹੜੇ ਗਰੀਬ ਜੁੜੇ ਹੋਏ ਨੇ। ਬਾਣੀਆਂ ਤਾਂ ਕਹਿੰਦੀਆਂ ਵੀ ਇਹ ਬਾਣੇ ਲੋਕ, ਤਕੜੇ ਲੋਕ ਤਾਂ 5-7-10% ਹੈ, 75% ਜਿਹੜੇ ਆ ਗਰੀਬ ਲੋਕ ਜੁੜੇ ਹੋਏ ਨੇ, ਜਿਹੜੇ ਕ੍ਰੈਸ਼ਰਾਂ 'ਤੇ ਮਜ਼ਦੂਰੀ ਕਰਦੇ, ਜਿਹੜੇ ਕ੍ਰੈਸ਼ਰਾਂ 'ਤੇ ਲੇਬਰ ਦਾ ਕੰਮ ਕਰਦੇ ਆ, ਜਾਂ ਮੁਨਸ਼ੀ ਆ, ਜਾਂ ਟਰੱਕ ਡਰਾਈਵਰ ਆ, ਮਸ਼ੀਨ ਆਪਰੇਟਰ ਆ, ਜਾਂ ਕੋਈ ਹੋਰ ਬੰਦੇ ਨੇ, 75% ਰੁਜ਼ਗਾਰ ਜਿਹੜਾ ਗਰੀਬ ਅਤੇ ਮਜ਼ਦੂਰ ਲੋਕ ਦਾ ਕ੍ਰੈਸ਼ਰ ਇੰਡਸਟਰੀ ਨਾਲ ਜੁੜਿਆ ਹੋਇਆ। ਅੱਜ ਸਰਕਾਰ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜਾਬ ਦਾ 6 ਮਹੀਨਿਆਂ ਦੇ ਵਿੱਚ। ਸੋ ਅਸੀਂ ਤਾਂ, ਮੇਰੇ ਕੋਲ ਉਹ ਸ਼ਬਦ ਨਹੀਂ ਆ ਜਿਹਨਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਨੂੰ ਲਾਣਤਾ ਪਾ ਸਕਾਂ ਕਿ ਇਹੋ ਜਿਹਾ ਇਹਨਾਂ ਨੇ ਹਾਲਾਤ ਜਿਹੜੇ ਪੰਜਾਬ ਸਰਕਾਰ ਨੇ ਇਹਨਾਂ ਲੋਕਾਂ ਦੇ ਕਰ ਦਿੱਤੇ ਆ। ਲੋਕਾਂ ਦੇ ਵਿੱਚ ਬੜਾ ਚਾਹ ਸੀ, ਬੜਾ ਉਤਸ਼ਾਹ ਸੀ ਕਿ ਅਸੀਂ ਆਮ ਆਦਮੀ ਪਾਰਟੀ ਲੈ ਕੇ ਆਵਾਂਗੇ, ਤੀਜਾ ਬਦਲ ਲੈ ਕੇ ਆਵਾਂਗੇ, ਆਹ ਬਦਲ ਆਇਆ। ਅੱਜ ਲੋਕ ਗਲੀਆਂ 'ਤੇ, ਸੜਕਾਂ 'ਤੇ, ਜਿਹੜਾ ਮਰਜ਼ੀ ਵਰਗ ਦੇਖ ਲਓ, ਚਾਹੇ ਕੋਈ ਵਪਾਰੀ ਵਰਗ ਦੇਖ ਲਓ, ਲੇਬਰ ਵਰਗ ਦੇਖ ਲਓ, ਚਾਹੇ ਕੋਈ ਸਰਕਾਰੀ ਮੁਲਾਜ਼ਮ ਜਿਹੜੇ ਨੇ, ਉਹ ਵੀ ਸਾਰੇ ਐਜੀਟੇਸ਼ਨ ਕਰ ਰਹੇ, ਸਾਰੇ ਰੋਜ਼। ਤੁਸੀਂ ਪੱਤਰਕਾਰ ਹੈ, ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਤਾਂ ਨਾਥੇ ਉਹਨਾਂ ਨੂੰ ਪਾਉਣੀ ਹੈ ਜਿਨ੍ਹਾਂ ਨੇ ਪੁਰਾਣੀਆਂ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕੀਤੇ ਹੋਏ, ਧੰਦੇ ਚਲਾਏ ਹੋਏ ਆ, ਵੀ ਉਹ ਸ਼ਾਇਦ ਉਸੇ ਦਾ ਜਿਹੜਾ ਸਿਲਸਿਲਾ ਉਹੀ ਚੱਲਦਾ ਆ ਰਿਹਾ। ਪਹਿਲਾਂ ਲੋਕਾਂ ਨੂੰ ਰੋਟੀ ਦਾ ਦੇ ਲਿਓ, ਨੱਥਾਂ ਬਾਅਦ 'ਚ ਪਾਈ ਜਾਇਓ। ਜਿਨ੍ਹਾਂ ਦੇ ਲੋਕਾਂ ਦੇ ਮੂੰਹਾਂ 'ਤੇ ਤਾਂ ਤੁਸੀਂ ਛੁਕਲੇ ਲਾਤੇ, ਤੁਸੀਂ ਨੱਥਾਂ ਕਿਹਨੂੰ ਪਾਣੀਆਂ? ਜਿਨ੍ਹਾਂ ਦੇ ਨੱਥ ਪਾਣੀ ਆ, ਬਾਗੜ ਬਿੱਲਾ ਇੱਕ ਹੈ, ਉਹਨੂੰ ਇੱਕ ਨੂੰ ਘੇਰ ਲਓ, ਬਾਕੀ ਲੋਕਾਂ ਦੇ ਢਿੱਡਾਂ 'ਤੇ ਕਿਉਂ ਲੱਤ ਮਾਰਦੇ ਆ? ਸਰਕਾਰ ਦੇ ਅੱਲੇ ਪੱਲੇ ਕੁਛ ਨਹੀਂ ਹੈ, ਇਹਨਾਂ ਦੀਆਂ ਗੱਲਾਂ ਹੈ, ਸਟੇਜਾਂ 'ਤੇ ਬੈਠ ਕੇ ਗੱਲਾਂ ਕਰਨ ਜੋਗੇ ਆ। ਜਿਹੜੇ ਕਹਿੰਦੇ ਸੀ ਅਸੀਂ 20,000 ਕਰੋੜ ਰੁਪਇਆ ਰੈਵਨਿਊ ਇਕੱਠਾ ਕਰਾਂਗੇ, ਅੱਜ ਕੇਜਰੀਵਾਲ ਸਾਹਿਬ ਕਿੱਥੇ ਆ? ਜਿਹੜੇ ਕਹਿੰਦੇ ਸੀ 56,000 ਕਰੋੜ ਰੁਪਇਆ ਮੇਰੀ ਜੇਬ 'ਚ ਕੱਢੋ ਤਾਂ, ਅੱਜ ਕਿਉਂ ਕਰਜ਼ਾ ਚੱਕੀ ਫਿਰਦੇ ਆ? ਆਹ $150 ਮਿਲੀਅਨ ਜਿਹੜਾ ਹੈਗਾ ਇਹਨਾਂ ਨੇ, ਅੱਜ ਪੰਜਾਬ ਸਰਕਾਰ ਨੇ ਕਰਜ਼ਾ ਚੱਕਿਆ, ਕਿਉਂ ਚੱਕਿਆ ਜਾ 57,000 ਕਰੋੜ ਰੁਪਇਆ ਦਾ ਕੇਜਰੀਵਾਲ ਦੀ ਜੇਬ 'ਚ ਤਾਂ? ਅੱਜ ਇਹਨਾਂ ਨੇ ਸਾਰੀ ਇੰਡਸਟਰੀ ਖਤਮ ਕਰ ਦਿੱਤੀ। ਸਰਕਾਰ ਨੂੰ ਇਹ ਵਪਾਰੀ ਲੋਕ ਹੀ ਟੈਕਸ ਦਿੰਦੇ ਆ, ਵਪਾਰੀ ਲੋਕ ਦੇ ਸਿਰ 'ਤੇ ਹੀ ਸਰਕਾਰ ਚੱਲਦੀ ਆ, ਅੱਜ ਇਹਨਾਂ ਨੇ ਵੀ ਇਹਨਾਂ ਦੀ ਬੇੜੀਆਂ ਦੁਪੱਟੇ ਵਾਸਤੇ। ਸੋ ਕਿੱਥੇ ਸਰਕਾਰ ਕਿੱਥੇ ਚੱਲੇਗੀ? ਫੇਲ ਹੈ ਸਰਾਸਰ। ਵਪਾਰੀ ਟੈਕਸ ਦਿੰਦੇ ਸਰਕਾਰ ਚੱਲਦੀ ਆ, ਅਤੇ ਇਹ ਆਪਸੀ ਤਾਲਮੇਲ ਨਾਲ ਕੰਮ ਚੱਲਦਾ, ਫਿਰ ਹੁਣ ਇਹੋ ਜਿਹਾ ਕੀ ਅੜਿੱਕਾ ਰਹਿ ਗਿਆ ਵਿੱਚ ਜਿਹੜਾ ਇਹ ਕਾਰੋਬਾਰ ਤੁਹਾਨੂੰ ਇੱਥੇ ਆਉਣਾ ਪੈ ਗਿਆ? ਦੇਖੋ, ਸਰਕਾਰ ਹਰ ਫਰੰਟ 'ਤੇ ਫੇਲ ਹੈ, ਇਹਨਾਂ ਨੂੰ ਇਹ ਇੱਕ ਤੁੱਕਾ ਲੱਗ ਗਿਆ ਇਹਨਾਂ ਦਾ, ਇਹਨਾਂ ਨੂੰ ਕੋਈ ਸੂਝ ਬੂਝ ਨਹੀਂ ਹੈ, ਇਹਨਾਂ ਨੂੰ ਕੋਈ ਇਹ ਯਕੀਨ ਨਹੀਂ ਸੀਗਾ ਸਾਡੀ ਸਰਕਾਰ ਆਊਗੀ, ਨਾ ਇਹਨਾਂ ਦੇ ਕੋਲ ਕੋਈ ਇਹੋ ਜਿਹਾ ਸਿਸਟਮ ਸੀਗਾ, ਅਤੇ ਕੋਈ ਪੜ੍ਹਿਆ ਲਿਖਿਆ ਵਿਅਕਤੀ ਹੈ ਨਹੀਂ ਵੀ ਜਿਹੜਾ ਕਿ ਗਿਆਨਵਾਤਾ ਹੋਵੇ, ਜਿਹੜਾ ਇਸ ਮਹਿਕਮੇ ਨਾਲ ਜਾਂ ਕਿਸੇ ਕਾਰੋਬਾਰ ਨਾਲ ਸੰਬੰਧਿਤ ਹੋਵੇ। ਜਿਵੇਂ ਕੋਈ ਦੱਸੀ ਜਾਂਦੇ, ਜਿੱਦਾਂ ਕਹਿੰਦੇ ਨਲਾਇਕ ਪੁੱਤ ਬਸਤਾ ਭਾਰੀ, ਠੀਕ ਹੈ ਜੀ, ਉਹ ਕੰਮ ਇਹਨਾਂ ਦਾ ਹੈ। ਸੋ ਬਸਤਾ ਦਾ ਇਹਨਾਂ ਦਾ ਭਾਰੀ ਹੋ ਗਿਆ, 92 MLA ਇਹਨਾਂ ਨੂੰ ਮਿਲ ਗਏ, ਪਰ ਇਹਨਾਂ ਨੂੰ ਕੰਮ ਕਾਰ ਕਰਨ ਦੀ ਅਕਲ ਹੈ ਨਹੀਂ, ਕਿਸ ਤਰੀਕੇ ਦੇ ਨਾਲ ਕਾਰੋਬਾਰ ਚਲਾਉਣੇ ਆ, ਕਿਸ ਤਰੀਕੇ ਨਾਲ ਲੋਕਾਂ ਨੂੰ ਰੁਜ਼ਗਾਰ ਦੇਣਾ। ਸਟੇਜਾਂ 'ਤੇ ਬੈਠ ਕੇ ਗੱਲਾਂ ਕਰਦੇ ਨੇ, ਦਾਅਵੇ ਦਿੰਦੇ ਨੇ, ਮੈਂ ਕਹਿੰਦਾ ਆ ਕੇ ਸਟੋਜ ਗਰਾਊਂਡ ਰਿਐਲਿਟੀ ਚੈੱਕ ਕਰਨ।
कित यही तो नहीं भी तुम्हें पॉलिसी समझना आई हो सरकार ने तो क्या पॉलिसी पहला बनी पई है इन्ना रेवन्यू तो मिनटों मिनट ही देख ही जायो कि खजाना भरता कितने गया रेवन्यू लैके आना अच क्यों पीपा बजाते फिरते जेडे भगवंत मान साहब कहते खजाना नहीं है खाली पीपा है अच क्यों बजाते फिरते अच क्यों दर दर मंगते फिरते कदम केंद्र के कोले तुरे फिरते कद बहरले देशों के पैसे मंगने तुरे फिरते क्यों तुरे फिरते जो इनके घर के खजाना है कट्ठा करना अच दे सबूत अच जनता लोग सवाल मंगते हैं अपनी टबली बजानी है बाकी होर कख नहीं है इन्हां दे पल्ले गल्लां ही है गल्लां इन्हां ते जिन्नियां मर्जी सुन लो जे सरकार खजाना भरदी हुण जे रेवन्यू इकट्ठा हुंदा जे लोकां दीआं जेबां ते डाके मार के खजाना भरना तां इहदे नाल कोई बैंक लुट लैण बैंक लुट के खजाना भर लैण आ क्या मतलब है तुसीं लोकां नूं सूली ते टंग के ते मतलब तुसीं क्या कहो असीं खजाना भरना सो मैं सरकार की निंदा करदा हर फ्रंट से सरकार फेल है किसी भी वर्ग नूं सरकार तसली बख्श जिहड़ा है अपना नहीं विश्वास दवा सकी ना कोई कारोबार चला सकी सो इस करके असी अपील करते हैं सरकार नूं कि जे थोतों नहीं चलता तो प्रशासन के हाथ से डोल दे दो प्रशासन किसी तरीके दे नाल कोई पढ़े लिखे सूझवान अफसर है जे कोई अफसर डिसीजन लैंदा है ते उहदे ते कारवाई करके उन्हें सस्पेंड कर देंदे ने तुसीं कहिंदे हो कि अन्ने भगत आ जिहड़े सरकार दे प्रशंसक हैगे उह कहिंदे अन्ने भगतां ने तां 92 चुणते तुसीं अन्ने भगत थोड़े आ असीं इह तां समझदार बंदे आ लग गया पता लोकां नूं वी असीं इक जिवें कहिंदे ना इक भेड़ चाल चली सी किसे कोई ना यात्रा ते तुरे जांदे सी इक बंदे ने इक बाल पट लिया भेड़ दा उस जिहड़े मगर लैन ला के तुरे फिरदे उहनां ने बाल पटदे पटदे वी खरा महाराज नूं सुख लग जाणी साडी उहनां ने भेड़ मुन्नती सी उस तरीके इन्हां भगतां ने पंजाब मुन्नता अज इन्हां अहसास हो गया भी ये सुख सख कुछ नहीं सी ये तो एक भेड़ चाल सी वह भेड़ चाल के 92 सीटा लै गए जी पॉलिसी बना के दिती भी जिहड़ा इन्ना इकट्ठ इत्थे हो गया कि तुसीं मंग पत्र देण आ गए पहला नालों की अजिहा करता भी जिहड़ा मतलब इन्नी ज़्यादा समस्या खड़ी होगी देखो हर वर्ग के जिहड़ा इन्होंने टैक्स लाए है एक तो कहिंदे जी क्रैशर ते कंडा लाओ दूजे पासे कहिंदे असीं बिजली के बिल ते रॉयल्टी देवांगे तीजे पासे हाँ जी हाँ तो दूजे पास एक जड़ा कहते जी 5 लाख रुपया सिक्योरिटी जमा कराओ क्या मतलब है जी कादी सालाना है क्या महीने कि सालाना सालाना 5 लाख रुपया एक बार सिक्योरिटी होनी है रजिस्ट्रेशन फीस पहला 10,000 सी हुण इन्होंने 1 लाख रुपया करती कंडे लवाओ 15 लाख 20 लाख का क्रैशर है तो 15 लाख का अगला कंडा लवावे कितों का कानून है जी कदे कुछ हर तीजे दिन नवा नोटिस हर तीजे दिन नवा नोटिस हर तीजे अज इन्हें ना एक नोटिस कढ़ता 21 तरीक न कि जिहड़ा क्रैशर ने जिहड़ा मटीरियल पहला बेचा है उहदे कंडे दीआं पर्चियां जिहड़ियां मैच है वह मैच नहीं हुंदियां तां वह पर्चियां नूं आपां करांगे सो अज जे सरकार असी लोगों ने इन्हें क्रैशर लाए लोगों ने पर्चियां दे के रिटर्ना भरिया सरकार ने मुला जिहड़े प्रशासनिक अधिकारी उन्होंने एक्सैप्ट कीतियां उहदे विच साडा क्या कसूर है वो कहते दोबारा इन्हों पैसे रोजाना भरना पेगा सो नित नवी पॉलिसी लैके आते हैं बुखलाहट के तत् भड़ाते लगे हुए हैं सो जिदा द चाहते हैं जो कुछ चाहते हैं वह है नहीं है मंत्री साहब को टाइम नहीं है मंत्री साहब कदम जम्मू में तुरे फिरते हैं कदम हरियाणा तुरे फिरते कदम हिमाचल तुरे फिरते हैं भगवंत मान जी विदेशी दौरिया चाह सो मैं कहता पंजाब के हालात ज देखूगा कौन पूछूगा कौन तुम कहते कि मंत्री साहब को टाइम नहीं वह तो कहते मंत्रियों विधायकों पहली कहता पहली मीटिंग से कहा पिंडा रहना चंडीगढ़ न तुरे रहो हरजोत सिंह बैंस माइनिंग मंत्री है उन्होंने अपनी यह स्टेटमेंट है कहते मैं 30-30 घंटे काम करता मैं कहता जवाब लोग जोड़े है आवाम जी जवाब मंगती कि 30 घंटे 24 घंटे होंगे है 24 तो बाद 25वां घंटा नहीं होंगे 30 घंटे हफ्ते च काम करते भी आ जाते अगले दिन फिर मैं ये कहते पर डे 30 घंटे काम कर दे आ तो इन्हों स्टेटमेंटा है तुम क्या अंदाजा लाओगे इन्होंने लोगों से क्या इन्हें तो भाल दिया सो मैं ये कहता भी मैं थोड़ा उही गल कह के दटिया कि महीने च 30 घंटे काम करते हैं वो तो बाद दौरिया रेंदे अपनी ऐश प्रस्ती करते आपके नज़ारे लेंदे है तो लोग जो लोग अब सड़कों पर थोड़े सामने सरदार साहब फिर मुख्यमंत्री साहब को गए तुम डीसी साहब को आ गए वो तो कहते कि मैं पंजाब का ही जोड़ा है मैं सारे मसले पता पंजाब के मैं दसन की लड़ नहीं मैं सारे पंजाब को खुशहाल कर देना थोड़ा समा दो मैं पहला तो सानू अपने मंत्री साहब पर बहुत मानता भी साढ़े इलाके के मंत्री बने हैं भी नहीं साड़ी बांह फड़नी सानू बहुत ज़्यादा सारे क्रैशर वाले क्या टिप्पर वाले साडा आनंदपुर साहब का जिन्ना एरिया ना जी सारा इसे संबंधित है 85% कोई ड्राइवर है
कोई दुकान करता स्पेयर पार्ट की, कोई पेंचरां की करता, कोई ढाबा चलांदा, जाने के सारे क्रैशर संबंधित है। जिदण साडे मंत्री साहब बने सानू इन्नी आस थी भी वधिया सुचारू ढंग नाल साडे काम चलूंगा, भी साडे तों होर भी रुजगार सारे इलाके दे जिन्ने मुंडे काम करदे साडे क्रैशर तों रुजगार लाऊंगा, और सरकार नूं जिहड़ा रेवन्यू जाणा है वह भी सानू माण होऊंगा, असीं साडे क्रैशर इहदे कोलों इन्ना रेवन्यू सरकार नूं गया। पर होया इह तों उल्ट सारा, कई दफ़ा असीं मंत्री साहब नूं दस चुके जी सारी अपना दुख, कृष्ण कुमार जी नूं दस चुके, उस आंदी गल सुणन नूं तैयार नहीं। साडे पंजाब भवन च मीटिंग हुंदी है, साडे कोल मन लैंदे भी हाँ आ तुहाडियां मंगां मन्नियां जाणगियां, जदों ही वापस आउंदे आ दूजे दिन सानूं चिट्ठियां कढ दिंदे भी क्रैशर ते कंडे लाओ जी, और जिहड़े असीं खड्डे पट्टे होए रीसाइकल वास्ते पानी वास्ते भी पानी दुबारा वरतण वास्ते उहनां ते परचे करी जांदे जी, जिहड़े 5-5 साल के पुराने खड्डे है उन्होंने माइनिंग के परचे दे जाते जी। मुख्यमंत्री साहब तो टाइम लैन की बहुत कोशिश की, हुण भी असी डीसी साहब नू यही मंग पत्र दे के आए, नहीं हफ्ते का टाइम दे के आए शुक्रवार का, जे साडा नहीं सानू मुख्यमंत्री तो टाइम लैके दिंदे मैडम तो असी अगला सारे सड़कां ते आवांगे जी, पूरे पंजाब लैवल तो जिन्ने साडे टिप्पण वाले वीर है क्रैशर वाले है फिर मंत्री साहब का घराओ करांगे। मंत्री साहब तो फिर तुहानू मिले होणे, ओह तो तुहाडे इलाके दे ही आ, उत्थे ही रहिंदे आ, उहनां नू तो मिले होणे तुसीं, उहनां नू मिले, उहनां 4-5 मीटिंगां हो लईआं साडीआं, ओह साडे कोल मंनदे आ, असीं दस्सदी उहनां नू जिहड़ी पॉलिसी है साडी वी आ इहदे वी कमियां पाईआं इन्हां नूं ठीक करो, वो साडे कोल मन्ने भी 3-4 कमियां जिहड़ियां तीआं कंडे लाण दी थी पहलां तां, हुण दरिया विचों माल आंदा जी उत्थे कंडा लग्गिया वा वो तोल होके आ जांदा क्रैशर ते, एक कंडे की कीमत 10 तों 12 तों 15 लाख के बिच है जिहड़ा सी कंडा लगदा, वो कल्ले कल्ले क्रैशर तों लाण नूं रहिंदे विच क्रैशर इदां दे 25 लाख च छोटा जिहा स्क्रीन प्लांट है 25-30 लाख लग जांदा, वो 15 लाख का कंडा कित्थों लाऊंगा जी, जदों माल तुसीं दरिया तों सानूं तोल के ही देता फिर दोबारा कित्थों माल जिहड़ा हो जाणा जिहड़ा साडा तुसीं इन्नी साडे पर बंशा ला रहे जी। ਉਹ ਇਹ ਵੀ ਲੋਕ ਜਿਹੜੇ ਕਹਿੰਦੇ ਆ ਫਿਰ ਕਹਿੰਦੇ ਵੀ ਇਹ ਜਿਹੜੇ ਇਹ ਹੁਣ ਰਸੂਖਦਾਰ ਲੋਕ ਆ ਜਿਹੜੇ ਚਿੱਟੇ ਕੁੜਤੇ ਜਿਹੜੇ ਪੁਰਾਣੀ ਪਾਰਟੀਆਂ ਵਾਲੇ ਜਿਹੜੇ ਹੈਗੇ ਲੋਕ ਆ ਇਹ ਤਾਂ ਤੜਫਦੇ ਆ ਹੁਣ ਜਦੋਂ ਸਰਕਾਰ ਇਹਨਾਂ ਦੇ ਗੱਲ 'ਤੇ ਗੋਡਾ ਰੱਖਦੀ ਹੈ। ਭਾਅ ਜੀ ਪਾਰਟੀ ਅਸੀਂ ਆਪ ਮੰਤਰੀ ਜੀ ਨੂੰ ਵੋਟਾਂ ਪਾ ਕੇ ਆਪ ਨਾਲ ਨਾਲ ਹੋ ਕੇ ਸਭ ਕੁਝ ਅਸੀਂ ਖੁਸ਼ੀ ਮਹਿਸੂਸ ਕੀਤੀ ਵੀ ਸਾਡੇ ਇਲਾਕੇ ਦੇ ਮੰਤਰੀ ਸਾਹਿਬ ਬਣੇ, ਸਾਡੇ ਇੱਕ ਪਾਰਟੀ ਨਾਲ ਸੰਬੰਧਿਤ ਨਹੀਂ ਹੈ ਜੀ, 100-150 ਕ੍ਰੈਸ਼ਰ ਹੈ, ਕੋਈ ਕਿਸੇ ਪਾਰਟੀ ਨਾਲ ਹੈ, ਕੋਈ ਕਿਸੇ ਪਾਰਟੀ ਨਾਲ ਹੈ, ਜਿਹੜੇ ਆ ਸਾਡੇ ਡਰਾਈਵਰ ਵੀਰ ਆਏ ਵੇ ਟਿੱਪਣਾਂ ਵਾਲੇ ਢਾਬਿਆਂ ਵਾਲੇ ਇਹਨਾਂ ਦੀਆਂ ਕੋਈ ਪਾਰਟੀਆਂ ਥੋੜ੍ਹਾ ਜੀ, ਜਿਹੜਾ ਸਾਰੇ ਇੱਕ ਕਾਰੋਬਾਰ ਵਾਲੇ ਬੰਦੇ ਆ, ਅਸੀਂ ਪਾਰਟੀ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਜੀ, ਅਸੀਂ ਕਿਹੜਾ ਵੋਟਾਂ 'ਚ ਖੜਾ ਹੋਣਾ ਹੈ, ਜਿਹੜਾ ਮਾਲ ਉਹਨੂੰ ਤੁਲ ਕੇ ਆ ਗਿਆ ਪਿੱਛੋਂ ਉਹ ਤੋਂ ਬਾਅਦ ਜਿਹੜੀ ਵੇਸਟੇਜ ਜਾਂਦੀ ਹੈ ਉਹਦੇ ਬਾਰੇ ਸਾਨੂੰ ਕੋਈ ਕਲੀਅਰ ਕੀਤਾ ਹੈ, 20% ਜਾਂ 30% ਪੱਸੀ ਨਿਕਲਦੀ ਹੈ, ਜੇ ਉਹ ਪੱਸੀ ਨੂੰ ਅਸੀਂ ਉਹਦੇ ਵਾਸਤੇ ਟੋਏ ਪੱਟੇ ਹੈ ਉਹਦੇ ਪਰਚੇ ਦਰਜ ਹੋ ਰਹੇ ਹੈ, ਕਿੰਨੇ ਕ੍ਰੈਸ਼ਰਾਂ ਦੇ ਹੋ ਗਏ, ਜਿਹੜੇ ਆਫੀਸਰ ਜਾਂਦੇ ਆ ਚੈੱਕ ਕਰਨ ਨਵੇਂ ਮੁੰਡੇ ਆ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਬਜਰੀ ਕੀ ਹੈ, ਸੈਂਡ ਕੀ ਹੈ, GSP ਕੀ ਹੈ, ਸਾਨੂੰ ਤਾਂ ਹਰਾਸਮੈਂਟ ਲਿਆਰਕੀ ਹੈਗੀ, ਸਮਝ ਨਹੀਂ ਆ ਰਹੀ ਇਸ ਗੱਲ ਦੀ ਵੀ ਧਰਾਤਲ 'ਤੇ ਆ ਕੇ ਉਹ ਸਾਰੀ ਪੜਤੋਲ ਕਰਨ, ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਕ੍ਰੈਸ਼ਰਾਂ 'ਤੇ ਇੰਨੇ ਬੰਧ ਚਲਾਰਕੀ ਹੈ ਅਤੇ ਜਿੱਥੋਂ ਮਾਲ ਆਉਣਾ ਉਹ ਸਾਨੂੰ ਕੋਈ ਸ਼ੀਸ਼ਾ ਦਿਖਾ ਦੇਣ, ਅਸੀਂ ਪੈਸਾ ਲਾ ਵੀ ਦੇਵਾਂਗੇ ਚਲੋ ਹੋਰ ਲਾਉਣ ਚੱਕ ਲਾਂਗੇ, ਸਾਨੂੰ ਉਹਦਾ ਪਤਾ ਤਾਂ ਲੱਗ ਜੀ ਮਾਲ ਕਿੱਥੋਂ ਆਊਗਾ, ਉਹ ਮਾਲ ਤਾਂ ਇਹਨਾਂ ਕੋਲ ਹੈ ਹੀ ਨਹੀਂਗਾ, ਮਾਲ ਆ ਨਹੀਂ ਰਿਹਾ ਹੁਣ ਤੁਹਾਡੇ ਕੋਲ, ਮਾਲ ਕਿੱਥੇ ਆ ਰਿਹਾ, ਮਾਲ ਬੰਦ ਹੈ, ਤਾਂ ਹੀ ਤਾਂ ਇਹਨਾਂ ਇਹ ਲੋਕਾਂ ਦਾ ਧਿਆਨ ਜਿਹੜਾ ਤੁਸੀਂ ਕਹਿੰਦੇ ਹੋ ਚਿੱਟੇ ਕੱਪੜੇ, ਚਿੱਟੇ ਕੱਪੜੇ ਇਕੱਲੇ ਇਹੀ ਪਾ ਸਕਦੇ ਆ ਕੀ, ਕੰਮ ਕਰਨ ਵਾਲੇ ਨਹੀਂ ਪਾ ਸਕਦੇ, ਸਮਝ ਨਹੀਂ ਆ ਰਹੀ ਤੁਸੀਂ, ਮੈਂ ਸੁਣਿਆ ਕਹਿੰਦੇ ਵੀ ਵੱਡੇ ਲੋਕ ਅੱਜ ਸੜਕਾਂ 'ਤੇ ਆ ਰਹੇ ਆ, ਵੱਡੇ ਕਾਹਦੇ ਆ ਜੀ, ਵੱਡੇ ਲੋਕ ਤਾਂ ਅੰਦਰ ਪਏ ਆ ਏਸੀਆਂ 'ਚ, ਅਸੀਂ ਤਾਂ ਆਪਦਾ ਦੁੱਖ ਬਰੋਲਦੇ ਆ, ਉਹ ਤਾਂ ਕਹਿੰਦੇ ਅਸੀਂ ਆਮ ਘਰਾਂ 'ਤੇ ਆ, ਆਮ ਘਰਾਂ ਦਾ ਇੱਕ ਉਹ ਹੈ ਲੋਕਾਂ ਨੇ ਆਮ ਦੇਖ ਕੇ ਉਹਨਾਂ ਨੂੰ ਬਣਾਇਆ ਤਾਂ, ਪਰ ਉਹ ਹੁਣ ਖਾਸ ਬਣ ਗਏ, ਜਦ ਉਹਨਾਂ ਨੂੰ ਸਰਕਾਰੀ ਕੋਠੀਆਂ ਮਿਲ ਗਈਆਂ ਏਸੀਆਂ ਦੇ ਵਿੱਚ ਬੈਠ ਕੇ ਉਹਨੂੰ ਖਾਸ ਬਣ ਗਏ, ਪਹਿਲਾਂ ਬਿਲਕੁਲ ਆਮ ਤੇ ਉਹ ਅਜੀ ਨਾ ਚੰਨੀ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਲਾਏ ਉਹ ਮੁੰਡਾ ਕਿੰਨਾ ਉਹ ਤਾਂ ਸਾਰੇ ਆਮ ਘਰਾਂ ਦੇ ਤੇ, ਪਰ ਹੁਣ ਜਦੋਂ ਗੱਡੀਆਂ ਉਹਨਾਂ ਨੂੰ ਵੱਡੀਆਂ ਮਿਲ ਗਈਆਂ 25-30 ਲੱਖ ਦੀਆਂ ਏਸੀ ਕੋਠੀਆਂ ਮਿਲ ਗਈਆਂ ਵਧੀਆ, ਉਹ ਚੰਡੀਗੜ੍ਹ ਤੋਂ ਨਹੀਂ ਜਾਂਦੇ ਹੋ ਤੁਸੀਂ, ਲਾਭ ਸਿੰਘ ਗੋਕੇ ਦੀ ਗੱਲ ਕੀਤੀ ਹੈ ਜਿਹਨਾਂ ਚੰਨੀ ਸਾਹਿਬ ਨੂੰ ਹਰਾਇਆ, ਉਹ ਕਹਿੰਦੇ ਦੇਖ ਲਓ ਘਰ ਇਦਾਂ ਦਾ ਹੀ ਇਦਾਂ ਦਾ ਹੀ ਰਹੂਗਾ, ਉਹ ਤਾਂ ਗੱਲਾਂ ਨਾਲ ਹੈ ਜੀ, ਅਸੀਂ ਕਹਿੰਦੇ ਘਰ ਬਣਾਉਣ, ਅਸੀਂ ਇਹ ਵੀ ਨਾ ਕਹਿੰਦੇ ਘਰ ਨਾ ਬਣਾਓ, ਘਰ ਬਣਾਉਣ ਅੱਗੇ ਬਦਲ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ, ਪਰ ਸਾਡੇ ਰੁਜ਼ਗਾਰ ਪਰ ਕਹਿੰਦੇ ਲੱਤ ਮਾਰਦੇ ਸਾਨੂੰ ਵਿਹਲਾ ਨਾ ਬਿਠਾ ਲਓ ਸਰਕਾਰ, ਅਸੀਂ ਤਾਂ ਕਹਿੰਦੇ ਵਧੀਆ ਨੀਤੀ ਨਾਲ ਕੰਮ ਚਲਾਵੇ, ਸਾਡਾ ਕੰਮ ਤਾਂ ਚੱਲਿਆ ਜੀ, ਹੁਣ ਸੈਲਰ ਹੈ ਨਾ ਜਿਹੜੇ ਪੰਜਾਬ ਸਾਡੇ 'ਚ, ਇੱਕ ਇੱਕ ਸੈਲਰ 'ਤੇ ਉਹ ਉਹਦੇ ਤੌਰ 'ਤੇ ਪੈਸੇ ਰੱਖ ਲੈਂਦੇ ਵੀ ਉਹ ਜਿਹੜੇ ਸਾਨੂੰ ਚੌਲ ਧਾਨ ਹੈ ਨਾ ਜੀ ਸਕਿਉਰਟੀ ਦੇ ਤੌਰ 'ਤੇ ਰੱਖ ਲੈਂਦੇ, ਉਹ ਸਾਨੂੰ ਧਾਨ ਸਰਕਾਰ ਦਿੰਦੀ, ਸਾਨੂੰ ਤਾਂ ਸਰਕਾਰ ਦੇ ਵੀ ਕੁਛ ਨਹੀਂ ਰਹੀ ਜੀ, ਉਲਟਾ ਸਾਨੂੰ 10-10 ਲੱਖ ਰੁਪਏ ਸਕਿਉਰਟੀ ਦਾ ਕਹਿ ਰਹੇ, ਉਹ ਕਾਹਦੇ ਵਾਸਤੇ, ਕੱਚਾ ਮਾਲ ਸਾਡੇ ਕ੍ਰੈਸ਼ਰਾਂ ਪਰ ਹੈ ਨਹੀਂ ਜੀ, ਕ੍ਰੈਸ਼ਰ ਬੰਦ ਪਏ, ਉਲਟਾ ਸਾਨੂੰ ਕਹਿੰਦੇ 10,000 ਰੁਪਏ ਸਕਿਉਰਟੀ ਦਾ ਭਰਾਓ। ਪ੍ਰਸ਼ਾਸਨ ਜਿਹੜਾ ਹੈਗਾ ਉਹ ਤਾਂ ਨਹੀਂ ਬਦਲਿਆ, ਸਰਕਾਰ ਬਦਲੀ ਆ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰਾ ਕੁਝ ਪਤਾ ਹੈ, ਪਹਿਲਾਂ ਵੀ ਤੁਹਾਡਾ ਉਹਨਾਂ ਦਾ ਕੰਮ ਜਿਹੜਾ ਉਸ ਤਰ੍ਹਾਂ ਚੱਲ ਰਿਹਾ ਸੀ, ਕੀ ਲੱਗਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਲਾਹ ਨਹੀਂ ਲਈ ਜਾਂਦੀ ਫਿਰ ਜਿਹੜੇ ਇਸ ਤਰ੍ਹਾਂ ਦੀਆਂ ਹੁਣ ਪਾਲਿਸੀਆਂ ਤੁਹਾਡੇ ਆਪਸ ਦੇ ਵਿੱਚ ਇਸ ਤਰ੍ਹਾਂ ਹੋ ਗਿਆ, ਮਤਲਬ ਪਾਲਿਸੀਆਂ ਤੁਹਾਨੂੰ ਪਸੰਦ ਨਹੀਂ ਆ ਰਹੀਆਂ? ਨਹੀਂ, ਅਸੀਂ 2-3 ਵਾਰ ਮੰਤਰੀ ਸਾਹਿਬ ਨੂੰ ਮਿਲੇ ਹਾਂ, ਸਾਨੂੰ ਤਾਂ ਇਹ ਲੱਗਦਾ ਵੀ ਮੰਤਰੀ ਸਾਹਿਬ ਦੀ ਚੱਲਦੀ ਨਹੀਂ, ਪ੍ਰਸ਼ਾਸਨ ਦੀ ਉਹ ਚੱਲਦੀ ਆ, ਮੰਤਰੀ ਸਾਹਿਬ ਸਾਨੂੰ ਆਸ਼ਵਾਸਨ ਦਿੰਦੇ ਆ ਵੀ ਹਾਂ
कोई गल नहीं थोड़े कंटे नहीं लगनगे थानू असी परमिट सिस्टम देवे पर उतो मीटिंग तो बाद जो असं वापस आते हैं दूजा दिन जब फरमान आ जाता सैकटरी साहब का भी अपने कंटे लो जी भी तुम अपने कंटे लो जो नहीं कंटे लोगे तो थोड़ी रजिस्टेंस प्लांटा से परचा दिता जाऊगा थोड़ा इलीगल मनिया जाऊगा फिर असं कि सोच लिए सू तो लगता भी सरकार मंत्री साहब की चलती होनी फिर कितों चल रही है जी सरकार जो तुम कहने मंत्री साहब की नहीं चलती तो बहुत वो गल कहती अफसर साहब चला रही है जी अफसरसाई चला रही है कितों चला रही है सानू नहीं पता पर अफसरसाई चला रही है अफसरसाई चाह रही है भी साड़ी क्रेस्ट इंडस्ट्री खत्म हो जाए और सानू तो यह लग रहा है जिहड़ा हुण मैसेज सानू कन्वे हो रहा सानू लग रहा सानू तो यह लग रहा भी यह तो हरियाणा हिमाचल में चलाना चाहते सानू नहीं चलाना चाहते सानू तो यह मैसेज आ हुण सानू इहदा साडी मजबूरी है यह भी असीं अपने क्रेशर पट लीए हरियाणा हिमाचल नूं क्यों चलाऊगी पंजाब सरकार होर हो असी जब सू कच्चा माल की प्रोविजन नहीं दे रही सरकार जे सू कच्चा माल दूगी सरकार तो ही असं अपनी इंडस्ट्री चलावे असं अपनी इंडस्ट्री कद चलाइए जी आटे चलाइए कणक न चलाइए असं तो रेते बजनी ग्रैवर अपनी इंडस्ट्री चलानी है सू ग्रैवर की कोई प्रोविजन नहीं न्याणा जमया नहीं कहते पहला बह लो सानू हुण पहला कच्चा माल का दे फिर सानू कहे रॉ मटीरियल दे सानू सानू कहे फिर थोड़ी शर्त असं मन्नांगे उन्हां दी शर्त क्यों ना मन्नांगे सानू हुण कहते भी रॉ मटीरियल है नहीं आ चीज़ा मन्नो इंडस्ट्री बंद पई आ पैसे दे पैसे पैसे नूं तड़फ रहे हैं इंपलाइया असं अपने पता ढिडा कट कट के अपने इंपलाइया पैसे दे रहे हैं वो बेचारे ड्राइवर रुजगार हो रहे हैं साडे ऑपरेटर रुजगार हो रहे हैं साडियां पांच पांच दस दस लख दी किस्तां आए असीं कित्थों किस्तां देणियां जी एस टी का जी एस टी असीं भरदे हाँ सारे क्रैशर एसोसीएशन के मैं कहता रोपड़ डिस्ट्रिक्ट जिन्ना रेवन्यू जाता होना किसी डिस्ट्रिक्ट नूं जाता होना सब तो ज़्यादा रेवन्यू असीं जनरेट करके दिंदे हाँ सारे बिल्डर साडे ते डिपेंड है सारिया पिंड वाले लोग जिन्हों का कोई मकान बना साडे डिवेलपमेंट साडे ते डिपेंड है सारिया पंचायतां साडे ते डिपेंड है फिर असी 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 तो कहें सानू दो रॉ मटीरियल रॉ मटीरियल दवे सानू सरकार दवे रॉ मटीरियल जिहड़ी शर्त लाउणी साडे ते लावे असी मन्नण नूं तैयार आ पर चलावे तां सही पहला चलाउणे दी कोई पॉलिसी है नहीं सर बिल्कुल क्रैशर यूनियन के जिहड़े हैगे नुमाइंदे वड्डी गिणती दे विच इस समय डीसी रूपनगर नूं मंग पत्र देण दे लई इस थान के उत्ते पहुंचे है तो उन्होंने कहना कि पॉलिसी जो माइनिंग की बनाई गई है वह किसी तरह भी सानू सूट नहीं करती सानू कच्चा माल नहीं मिलता जिस दे चलदिआं असी असमर्थ हाँ इन्हां पॉलिसियां दे तहत अपना कारोबार चलाने दे लई सो अज मंग पत्र देण दे लई आए सी तो देखते हैं कि कदों ये सहमति बनती है कि पॉलिसी इन्हां दे अनुकूल बनती है या फिर इस तरह रोस प्रदर्शन करता रहेगा वड्डे प्रदर्शन का भी जी चेतावनी हैगी है, भी दी गई है कि जेकर ये मंगा साड़िया नहीं मनिया जा सहमति नहीं बनती तो इस तरह वड्डा प्रदर्शन किया जाऊगा जिसका असर सीधे रूप के जिते इन पॉलिसी का पै रहा जेकर क्रैशर नहीं चलते तो असिधे रूप के इसका असर बहुत सारे लोगों के उत्ते पेगा मजदूरों के उत्ते पेगा मिस्त्रियों के उत्ते पेगा तो आम लोगों के उत्ते भी पेगा जिन्हों क्रैशर तो वस्तों की जरूरत पैंती है सतनाम सिंह पंजाबी लोक चैनल रोपड़।